ਸਕੂਲਾਂ ਬੰਦ ਨੇ ਠੇਕੇ ਖੁੱਲ੍ਹੇ ਨੇ ਆ ਦੇਖ ਲਓ ਹਾਲ ਲੋਕਾਂ ਦਾ ਸਰਕਾਰ ਦੀਆਂ ਸਕੀਮਾਂ ਨੇ ਸਰਕਾਰ ਦੀਆਂ ਸਕੀਮਾਂ ਨੇ ਸਰਕਾਰ ਨੂੰ ਪੈਸਾ ਬੰਦਾ ਘਰ ਦੇ ਕੇ ਸਬਜ਼ੀਆਂ ਤੇ ਸੜਕ ਤੇ ਸੱਟ स्वागत है जी तुहाडा। तस्वीरां तुसीं देख रहे हो, प्रशासन ते दोष लग रहे ने। नौजवान यह रेहड़ी चालक ने, यह सब्जियां फल फ्रूट बेचण वाले वो नौजवान ने जो सरकार ते सीधे निशाने मिल रहे ने, दिखा रहे ने कि ठेके खुले ने ते होर काम बंद है। ये दोष भी ला रहे ने कि बीते दिनी इन्हां नाल कुटमार भी हुई है, मिसबिहेव भी किया गया। सो अपने समय नू बधाउण लई प्रशासन तो मंग करदे ए रेहड़ी चालक अज सारिया सब्जियां लैके नैशनल हाईवे ते आ गए ने। तस्वीरां तुसी देख रहे हो, नैशनल हाईवे ते सारिया सब्जियां डोल के इन्हां ने अपना रोस प्रगट किया है। तस्वीरां तुसी देख रहे हो कि सारिया सब्जियां आ पिछे तुसी देख रहे हो कि यह तस्वीरां तुसीं देख रहे हो कि सब्जियां टमाटर होर सब्जियां जिहड़ियां सड़क दे उपर पईआं ने अपना रोज़गार कर रहे ने। प्रशासन तो होर समय की मांग कर रहे ने। SHO भवानीगढ़ GS संधू भी पहुँच चुके ने, देख रहे ने मसले दे हल लई गलबात की जा रही है कि इस मामले नूं किवें समझाया जाए। दस रहे ने कि जिला प्रशासन दे हत्थ है सारा कुछ। ते देख रहे हो तुसीं तस्वीरां, तुसीं देख रहे हो नैशनल हाईवे भवानीगढ़ दियां ने, रेहड़ी वाले सब्जियां वाले पहुंच चुके ने। रशपिंदर प्रिंस मौजूद ने, सुनदे आं बाकी कह रहे ने। जारी कीतियां गईयां ने उत्ते ही बीते कल पुलिस प्रशासन वल्लों बरसलूकी कीती गई है रेहड़ी वाले नाल। तुहानूं दिखा रहा मैं लाइव तस्वीरां दे विच सब्जियां सड़कां ते रुल रहियां ने, सब्जियां सड़कों पर रुल रही ने। उत्थे ही रेहड़ी यूनियन वालों ये भी कहा गया है रेहड़ी वाले वालों के अज शहर में सब्जियां नहीं विकनगियां। साढ़े नाल बहुत धक्का होया जी, सानू पुलिस वाले ने बहुत कुटे जी, उहदे 7 साल के मुंडे नूं बहुत कुटे जी, फड़ के 3-4 थप्पड़ मारी, रोक के 3-4 बंदे ने अड्डा टैग रखिया जी, 4 थोड़ा टाइम दी गई, बहुत कुटिया फड़ के 3-4 थप्पड़ मारे, 70 साल के बंदे नूं बहुत कुटे जी, फड़ के साढ़े वर्गे नूं कुटे जी, असीं वी सानूं चक के लै गए। की कारवाई दी की मंग कारवाई सानूं समां दित्ता जावे। देखो जी जिम्मा बंद ने, ठेके खुले ने, ਆ ਦੇਖ ਲੋ ਹਾਲ ਲੋਕਾਂ ਦਾ। ਸਰਕਾਰ ਦੀਆਂ ਸਕੀਮਾਂ ਨੇ, ਸਰਕਾਰ ਦੀਆਂ ਸਕੀਮਾਂ ਨੇ, ਸਰਕਾਰ ਨੂੰ ਪੈਸਾ ਬੰਦਾ ਤਾਂ ਦੇ ਕੇ ਸਬਜ਼ੀਆਂ ਤੇ ਸੜਕ ਤੇ ਸੱਟਾਂ ਦਾ ਕੀ ਕਾਰਨ ਹੈ ਤੁਹਾਡਾ? ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ, 9 ਵਜੇ ਤੱਕ ਬੰਦ ਕਰਾ ਦਿੰਦੇ ਨੇ, 9 ਵਜੇ ਸਾਡੀ ਦੁਕਾਨ ਲੱਗਦੀ ਹੈਗੀ, ਅਸੀਂ ਕੀ ਵੱਟਾਂਗੇ ਸਾਡੇ ਦੁਕਾਨ ਤੇ ਪੈਸੇ ਕੀ ਵੱਟਾਂਗੇ, ਦੁਕਾਨ ਤੇ 9 ਵਜੇ ਤਾਂ ਬੰਦ ਕਰਾ ਦਿੰਦੇ ਨੇ, ਉਹ ਤੋਂ ਬਾਅਦ 4 ਵਜੇ ਤੋਂ 6 ਵਜੇ ਤੱਕ। ਅੱਜ ਦਾ ਇੱਥੇ ਪ੍ਰਦਰਸ਼ਨ ਕਰਨ ਦਾ ਕੀ ਕਾਰਨ ਹੈ ਤੁਹਾਡਾ? ਸਾਡਾ ਸਮਾਂ ਹੀ ਕਾਰਨ ਸਾਡਾ ਇਹ ਹੈ ਜੀ ਕਿ ਸਾਨੂੰ ਸਮਾਂ ਦਿੱਤਾ ਜਾਵੇ ਕਿ ਸਾਡੇ ਲਵੇ ਸਾਡੇ ਸਬਜ਼ੀਆਂ ਦਾ ਸਮਾਂ ਬਹੁਤ ਘੱਟ ਆ, ਜਿੱਦਾਂ ਕਿ ਆ ਹੁਣ ਠੇਕੇ ਖੁੱਲ੍ਹੇ ਨੇ, ਠੇਕਿਆਂ ਲਈ ਸਾਰਾ ਦਿਨ ਟਾਈਮ ਨੇ, ਠੀਕ ਹੈ ਜੀ। ਸਾਡੀ ਮੰਗ ਇਹ ਉਦੋਂ ਬਾਅਦ ਸਾਡੇ ਨਾਲ ਪੁਲਿਸ ਪ੍ਰਸ਼ਾਸਨ ਧੱਕਾ ਕਰਦੀ ਹੈ, ਕੁੱਟਮਾਰ ਕਰਦੀ ਹੈ। ਕੱਲ ਜੀ ਸਾਡੀਆਂ ਰੇੜੀਆਂ ਲੱਗੀਆਂ ਹੋਈਆਂ ਤੀਆਂ ਜੀ, ਪਿੱਛੇ ਕੱਪੜਾ ਪਾਇਆ ਹੋਇਆ ਸੀਗਾ ਜੀ, ਪੁਲਿਸ ਮੁਲਾਜ਼ਮ ਆਏ ਜੀ, ਉਹਨਾਂ ਨੇ ਥੱਪੜਾ ਪਰੇਡ ਕਰੀ ਹੈ ਕਈ ਰੇੜੀ ਵਾਲੇ ਦੀ, ਤਾਂ ਉਰੇ ਆਪਣਾ ਰੇੜੀਆਂ ਦੇ ਵੀ ਕੁੱਟੇ ਜੀ, ਤੇ ਆਪਣਾ ਥਾਣੇ ਅੰਦਰ ਲੈ ਜਾ ਕੇ ਵੀ ਥੱਪੜੇ, ਜਦ ਉਤਾਰੇ ਇਹਨਾਂ ਨੂੰ ਜਦ ਵੀ ਇਹਨਾਂ ਨੂੰ ਕੁੱਟਿਆ ਫੜ ਕੇ ਇਹਨਾਂ ਨੂੰ, ਸਾਡੇ ਰੇੜੀ ਵਾਲੇ ਬੰਦਿਆਂ ਨੂੰ, ਬਜ਼ੁਰਗ ਬੰਦਿਆਂ ਬੜੇ ਨੂੰ ਵੀ ਕੁੱਟਿਆ ਜੀ, 50-50 ਸਾਲ ਦੇ ਜਿਹੜੇ ਬਜ਼ੁਰਗ ਤੇ ਉਹਨਾਂ ਨੂੰ ਵੀ ਕੁੱਟਿਆ ਜੀ, ਕਿ ਨਿਆਣਾ ਇੱਕ 10 ਸਾਲ ਦਾ ਮੁੰਡਾ ਤੇ ਜੀ, ਉਹਦੇ 4-5 ਥੱਪੜ ਮਾਰੇ, ਜੇ ਉਹ ਬੱਚੇ ਦਾ ਕੰਨ ਦਾ ਪਰਦਾ ਪੜ ਜਾਂਦਾ ਤੇ ਕੋਈ ਵੀ ਸੱਟ ਫੇਟ ਲੱਗਦੀ ਕੌਣ ਜ਼ਿੰਮੇਵਾਰ ਸੀਗਾ? ਅਸੀਂ ਪ੍ਰਸ਼ਾਸਨ ਤੋਂ SDM ਸਾਹਿਬ ਤੋਂ ਫੜਤਾ ਜਾ ਚੁੱਪੋ ਦੋ ਯਾਰ, ਜੇ ਸਾਨੂੰ ਗੱਡੀ ਬਿਠਾਇਆ ਗਿਆ ਗਾ, ਚੌਂਡੇ ਲਾ ਲਾ ਬਿਠਾਇਆ ਗਿਆ ਸਾਨੂੰ, ਇਹਦੇ ਵੱਲੋਂ ਪੁਲਿਸ ਵੱਲੋਂ? ਹਾਂ ਇਹ ਪੁਲਿਸ ਵੱਲੋਂ ਨਹੀਂ। ਅੱਛਾ, ਤੇ ਚਲੋ ਮੈਨੂੰ ਆਏ 3:30 ਵਜੇ ਹੋਏ ਤੇ ਉਦੋਂ 5-4 ਵਜੇ ਮੈਂ ਗਿਆ ਜੀ ਉੱਥੇ ਜਾਣ ਤੋਂ, ਇਹਨੇ ਫਿਰ ਦੱਸਿਆ ਗਾ ਸਾਨੂੰ ਚਾਂਟੇ ਮਾਰੇ ਨੇ ਸਾਡੇ। ਚਲੋ ਜੀ ਮੈਂ ਰੌਲਾ ਪੈਣ ਲੱਗਿਆ, ਸਿਸਟਮ ਰੌਲਾ ਬਹੁਤ ਸੀ, ਮੰਡੀ ਆਓ, ਮੰਡੀ ਗੱਲਬਾਤ ਕਰੀ। ਚਲੋ ਇਹਨਾਂ ਹੜਤਾਲ ਦੀ ਗੱਲ ਚੱਲ ਆ ਗਈ, ਇਹਨਾਂ ਨੇ ਹੜਤਾਲ ਕਰਤੀ। ਹਾਂ ਜੀ, ਹੜਤਾਲ ਤੁਹਾਡੀ ਮੰਗ ਕੀ ਹੈਗੀ? ਮੰਗ ਸਾਡੀ ਇਹ ਹੈ, ਜਿਹੜਾ ਟਾਈਮ ਆ ਇਹ ਟਾਈਮ ਬਹੁਤ ਹੋਇਆ ਏ, ਵੀ 9 ਵਜੇ ਚਲੋ ਸੌਦਾ ਖਰੀਦਦੇ ਹਾਂ, ਅੱਡੇ ਲਾਉਂਦੇ ਹਾਂ ਅਸੀਂ, ਜ਼ਿਮੀਦਾਰ ਕਿਸਾਨ ਆ ਜੀ,
ਸਾਡੀ ਸਬਜ਼ੀ ਟਮਾਟਰ ਵਿਕ ਨਹੀਂ ਰਹੀ ਸਾਨੂੰ ਮਜ਼ਬੂਰੀ ਬਹੁਤ ਜ਼ਿਆਦਾ ਵੱਧ ਪੈ ਰਹੀ ਹੈ ਜੀ ਮਤਲਬ ਦੁਕਾਨਾਂਦਾਰ ਜੇ ਸਬਜ਼ੀ ਖਰੀਦੇਗੇ ਤਾਂ ਸਾਡੀ ਸਬਜ਼ੀ ਖਰੀਦੋ ਉਰੇ ਜਿਹੜੀ ਆਪਣੇ ਭਵਾਨੀਗੜ੍ਹ ਦੀ ਪੁਲਿਸ ਆ ਉਹ ਸਬਜ਼ੀ ਨਹੀਂ ਵਿਕਣ ਦੇ ਰਹੀ ਫ੍ਰੀ ਲੈ ਕੇ ਗਏ ਨੇ ਤੁਹਾਨੂੰ ਪਿਆਜ਼ ਦਾ ਗੱਟਾ ਚੱਕ ਲਿਆ ਨਾ ਫ੍ਰੀ 'ਚ ਬਗਾਰ ਇਹ ਪ੍ਰਧਾਨ ਨੇ ਕਿਹਾ ਕਹਿੰਦਾ ਬਗਾਰ ਆ ਇਹ ਨਹੀਂ ਬਗਾਰ ਮੰਡੀ ਦਾ ਪ੍ਰਧਾਨ ਸ਼ਰਮਾ ਜੋ ਅੱਜ ਲੈ ਕੇ ਗਏ ਨੇ ਕੀ ਲੈ ਕੇ ਗਏ ਨੇ ਇਹ ਪੁਰਸਾ ਬਗਾਰ ਪਿਆਜ਼ ਲੈ ਕੇ ਗਏ ਪਿਆਜ਼ ਲੈ ਕੇ ਗਏ ਨੇ ਬਗਾਰ ਫ੍ਰੀ 'ਚ ਕੋਈ ਪੈਸਾ ਟਕਾ ਜਾ ਕੋਈ ਪੈਸਾ ਨਹੀਂ ਲੈ ਕੇ ਗਏ ਇਹ